ਜਿਹੜੀ ਕੱਲ ਦਿੱਲੀ 'ਚ ਬਤੌਰ ਸੀਐਮ ਅਰਵਿੰਦ ਕੇਜਰੀਵਾਲ ਨੇ ਸੌ ਚੁੱਕੀ ਹੈ ਸ਼ਪਤ ਲਈ ਆ ਇਸ ਫੰਕਸ਼ਨ 'ਚੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਜਿਹੜੇ ਨਿਕਲ ਕੇ ਆਉਂਦੀਆਂ ਵਾਂ ਉਹ ਮੁਲਕ ਦੇ ਵਿੱਚ ਬਾਕੀ ਥਾਵਾਂ ਤੇ ਵੀ ਉਦਾਹਰਣ ਬਣਨੀ ਚਾਹੀਦੀਆਂ ਇੱਕ ਤੇ ਉਹਨਾਂ ਨੇ ਆਪਣੇ ਕੋਲ ਕੋਈ ਪੋਰਟਫੋਲੀਓ ਕੋਈ ਮਹਿਕਮਾ ਆਪਣੇ ਕੋਲ ਨਹੀਂ ਰੱਖਿਆ ਸਾਰੇ ਮਹਿਕਮੇ ਜਿਹੜੇ ਆਪਣੇ ਬਾਕੀ ਜਿਹੜੇ ਮੰਤਰੀ ਆ ਉਹਨਾਂ ਨੂੰ ਦਿੱਤੇ ਆ ਉਹ ਫੀਲ ਕਰਦੇ ਆ ਕਿ ਐਜ਼ ਸੀਐਮ ਉਹ ਸਾਰੇ ਮੰਤਰੀਆਂ ਤੇ ਨਿਗਾਹ ਰੱਖ ਸਕਦੇ ਆ ਸੋ ਉਹਨਾਂ ਕੋਲ ਆਪਣੇ ਕੋਲ ਕੋਈ ਮਹਿਕਮਾ ਰੱਖਣ ਦੀ ਲੋੜ ਨਹੀਂ ਆਮ ਤੌਰ ਤੇ ਹੁੰਦਾ ਕੀ ਆ ਵੀ ਜਿਹੜੇ ਸਾਰੇ ਮੁੱਖ ਮੰਤਰੀ ਆ ਉਹ ਦੋ ਤਿੰਨ ਮਹਿਕਮੇ ਆਪਣੇ ਕੋਲ ਰੱਖਦੇ ਆ ਕੋਈ ਵਿੱਤ ਆਪਣੇ ਕੋਲ ਰੱਖਦੇ ਆ ਫਾਈਨੈਂਸ ਦਾ ਮਹਿਕਮਾ ਕੋਈ ਜਿਹੜੇ ਆ ਉਹ ਹੋਮ ਜ਼ਿਆਦਾਤਰ ਹੋਮ ਆਪਣੇ ਕੋਲ ਰੱਖਦੇ ਆ ਕਿਉਂਕਿ ਉਹਦੇ ਥੱਲੇ ਪੁਲਿਸ ਦਾ ਵੀ ਕੰਟਰੋਲ ਉਹਨਾਂ ਕੋਲ ਰਹਿੰਦਾ ਸੋ ਇੱਕ ਤੇ ਇਹ ਬਹੁਤ ਅੱਛਾ ਕਦਮ ਜਿਹੜਾ ਉਹਨਾਂ ਨੇ ਚੁੱਕਿਆ ਵਾ ਇਹ ਬਾਕੀ ਥਾਵਾਂ ਤੇ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਪੰਜਾਬ 'ਚ ਵੀ ਇਸ ਵੇਲੇ ਜਿਹੜੇ ਡਿਪਟੀ ਸੀਐਮ ਆ ਉਹਨਾਂ ਕੋਲ ਹੋਮ ਮਹਿਕਮਾ ਜਿਹੜਾ ਗ੍ਰਹਿ ਮੰਤਰਾਲੇ ਆ ਉਹ ਵੀ ਉਹਨਾਂ ਦੇ ਕੋਲ ਆ ਦੂਸਰੀ ਚੀਜ਼ ਜਿਹੜੀ ਨਿਕਲ ਕੇ ਆਈ ਆ अरविंद केजरीवाल ਨੇ اور ਉਹਨਾਂ ਦੇ ਸਾਰੇ ਜਿਹੜੇ ਸਾਥੀ ਉਹਨਾਂ ਨੇ ਕਿਹਾ ਵਾਪਕੀ ਉਹ ਰੈਡ ਬੀਕਨਸ ਲਾਲ ਬੱਤੀਆਂ ਆਪਣੀ ਗੱਡੀ ਤੇ ਨਹੀਂ ਲਾਉਣਗੇ ਇਹ ਬਹੁਤ ਇੱਕ ਚੰਗੀ ਗੱਲ ਆ ਪਰ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਗਵਰਨਮੈਂਟ ਆਫ ਇੰਡੀਆ ਕਰਨ ਜਾ ਰਹੀ ਆ ਉਹਦੇ ਤੇ ਮੂੜ ਵਿਚਾਰ ਦੀ ਲੋੜ ਆ ਉਹ ਕੀ ਕਹਿ ਰਹੇ ਆ ਕਿ ਹੁਣ ਕੁਝ ਉਹ ਆਇਡੈਂਟੀਫਾਈ ਕਰ ਰਿਹਾ ਕਿ ਆ ਜਿਹੜੇ 5 7 ਜਿਹੜੇ ਲੋਕ ਆ ਇਹਨਾਂ ਦੀਆਂ ਗੱਡੀਆਂ ਤੇ ਲਾਲ ਬੱਤੀ ਹੋਣੀ ਚਾਹੀਦੀ ਆ ਉਹਦੇ ਚ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਵਗੈਰਾ ਵਗੈਰਾ ਸਪੀਕਰ ਇਹ ਸਾਰੇ ਮੇਰਾ خیال ਇਹ ਵੀ ਇਹਦੀ ਵੀ ਕੋਈ ਲੋੜ ਨਹੀਂ ਸਾਡੇ ਸੰਵਿਧਾਨ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਹੈ ਇਕਵੈਲਟੀ ਬਿਫੋਰ ਲਾ ਸਾਰੇ ਜਿਹੜੇ ਸਿਟੀਜ਼ਨਸ ਐ ਉਹ ਸਾਰੇ ਬਰਾਬਰ ਆ ਇਹ ਜਿਹੜੇ ਆਧਿਆਤੇ ਜਿਹੜੇ ਲੋਕ ਨੇ ਵੈਸੇ ਵੀ ਜਦੋਂ ਇਹ ਤੁਰਦੇ ਫਿਰਦੇ ਆ ਇਹਨਾਂ ਦੀ ਕੋਈ ਮੂਵਮੈਂਟ ਹੁੰਦੀ ਆ ਤੇ ਇਹਨਾਂ ਨਾਲ ਪੁਲਿਸ ਵਹੀਕਲ ਜ਼ਰੂਰ ਹੁੰਦੀਆਂ ਸੋ ਲੋੜ ਇਹ ਆ ਕਿ ਪੁਲਿਸ ਔਰ ਜਿਹੜੇ ਐਮਬੂਲੈਂਸਸ ਐ ਸਿਰਫ ਉਹਨਾਂ ਤੇ ਲਾਲ ਬੱਤੀ ਹੋਵੇ ਬਾਕੀ ਕਿਸੇ ਦੇ ਗੱਡੀ ਦੇ ਉੱਤੇ ਲਾਲ ਬੱਤੀ ਦੀ ਲੋੜ ਨਹੀਂ ਇਨਫੈਕਟ ਸਾਰੀਆਂ ਲਾਲ ਬੱਤੀਆਂ ਜਿਹੜੀਆਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ ਉੱਥੇ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਆ ਬਾਹਰਲੇ ਮੁਲਕਾਂ ਦੇ ਰਾਸ਼ਟਰਪਤੀ ਆ ਮਿਨਿਸਟਰੀ ਆ ਉਹਨਾਂ ਦੀਆਂ ਗੱਡੀਆਂ ਤੇ ਵੀ ਲਾਲ ਬੱਤੀਆਂ ਨਹੀਂ ਹੁੰਦੀਆਂ ਸੋ ਇਹ ਸਾਰੇ ਜਿਹੜਾ ਮਸਲਾ ਵਾ ਇਹਦੇ ਤੇ ਮੁੜ ਵਿਚਾਰਨ ਦੀ ਲੋੜ ਆ ਔਰ ਇਹ ਦੋ ਚੀਜ਼ਾਂ ਜਿਹੜੀਆਂ ਬਾਅਦ ਨਿਕਲ ਕੇ ਆਈਆਂ ਕੱਲ ਦੀ ਜਿਹੜੀ ਸ਼ਪਤ ਦੀ ਜਿਹੜੀ ਸੌਂ ਚੁੱਕਣ ਦੀ ਸੈਰਮਨੀ ਸੀ ਦਿੱਲੀ ਸੀਐਮ